ਆਪਾਂ ਕਿਸੇ ਨੂੰ ਗੱਲ ਤਾਂ ਨਹੀਂ ਕਹਿੰਦੇ, ਆਪਾਂ ਜਿਹਨੂੰ ਸਹੀ ਕਹਿੰਦੇ ਉਹ ਕਹਿੰਦਾ ਮਿਰਚ ਤਾਂ ਸਾਲਿਆਂ ਦੇ ਹੋਣੀ ਆ ਲੜੀ। ਮੋਟਰਸਾਈਕਲ ਖੜਾ ਭਲਵਾਨ ਦਾ ਵੇਖ ਲਿਆ ਮਾੜਾ ਜਿਹਾ ਆਪਣਾ ਕੰਮ ਜਿਹਾ ਸਟੂਡੀਓ ਦੇ ਵਿੱਚ। ਅੱਛਾ, ਹੋ ਗਈਆਂ ਫੋਟੋਆਂ ਕਿ ਨਹੀਂ? ਹਾਂ ਹੋ ਗਈਆਂ ਹੋ ਗਈਆਂ। ਉਹ ਭਰਾਵਾ ਮੈਂ ਸ਼ੇਗੂ ਪਰ ਚਲ ਗਿਆ, ਫਿਰ ਉਹ ਮੈਨੂੰ ਵਸਾਈ ਜਾਵੇ ਆਪਣੇ ਕਰਤੀਆਂ ਕਿ ਨਹੀਂ? ਇੱਕ ਰਹਿ ਗਈ ਬਸ, ਹੋ ਗਈ ਆ। ਅੱਛਾ, ਚਲਾ ਦੇਖਦੇ ਆ। ਓਨਾ ਮੈਂ ਮਾੜਾ ਮੋਟਰਸਾਈਕਲ ਚਾਬੀ ਕੱਢ ਲਾ। ਮੈਂ ਇੱਥੋਂ ਪਛਾਣਿਆ, ਮੈਂ ਕਿਹਾ ਮੋਟਰਸਾਈਕਲ ਖੜਾ ਭਲਵਾਨ ਦਾ। ਅੱਛਾ ਅੱਛਾ, ਸਤਿ ਸ਼੍ਰੀ ਅਕਾਲ ਅੰਕਲ, ਦਿਖਾਈ। ਮੈਂ ਗਿਆ ਘੋੜਿਆ ਪੂਰੀ। ਗੱਲਬਾਤ ਆ ਪੂਰੀ? ਹਾਂ, ਮੈਂ ਚਾਰ ਕਢਾਲੀਆਂ ਸਹੀ ਆ ਇਹ। ਇੱਕ ਇਹ ਕਢਾਈ, ਇੱਕ ਜੂਸ ਪੀਂਦੇ ਦੀ, ਗਲਾਸ ਗਲਾਸ ਤੇਰੇ ਤੋਂ ਹੀ ਵਧੀਆ ਆਇਆ। ਹਾਂ ਨਹੀਂ ਕਹਿ ਭਾਈ, ਉਹਨਾਂ ਨੇ ਪ੍ਰਿੰਟ ਬਹੁਤ ਸਾਫ ਕੀਤੇ। ਭਾਈ ਕਹਿੰਦਾ ਇਹ ਕੱਲ ਨੂੰ ਦੇਖ ਲਓ, ਜੇ ਹੋਰ ਸਾਫ ਕਰਨੀ ਤਾਂ ਕੱਲ ਨੂੰ। ਸ਼ੇਖੂ ਪਰੋਂ ਆ ਚੀਜ਼ ਨਹੀਂ ਸੀ ਹੋਣੀ? ਨਹੀਂ ਹੋਣੀ ਸੀ। ਉਹਨਾਂ ਨੇ ਜੋ ਹਵੇ ਕੱਢ ਦੇਣਾ। ਹਾਂਜੀ, ਉਹ ਮੈਨੂੰ ਕਹਿੰਦਾ ਇੱਕ ਫੋਟੋ ਦੇ 60 ਰੁਪਏ। ਚਾਰ ਬੱਤੀਆਂ ਚੌਂਕ ਚਲਾਇਆ, ਵਧੀਆ ਵਧੀਆ ਕੰਮ ਤੇ ਚੱਲਾਂ ਗੇ ਯਾਰ। ਠੀਕ ਆ ਠੀਕ ਆ, ਹੋਰ ਹਾਂ ਵਧੀਆ ਵਧੀਆ ਭਰਾਵਾ। ਪਹਿਲਾਂ ਮੁੱਕ ਗਿਆ ਕਾਰਡ, ਤੇ ਹੁਣ ਕਹਿੰਦੇ ਕਾਰਡ ਬੜੇ ਮਹਿੰਗੇ ਹੋਏ ਆ। ਮੈਂ ਕਿਹਾ 250 ਵਾਲਾ ਪਾ ਦੇ। ਹਾਂ ਕਹਿੰਦਾ 300 ਦਾ ਹੋਇਆ, ਤੇ ਫਿਰ ਦੋਵਾਂ ਮਹੀਨੇ ਵਾਲਾ ਪਵਾਇਆ 480 ਦਾ। ਠੀਕ ਰਿਹਾ? ਸਹੀ ਆ, ਦੋ ਮਹੀਨੇ ਉਹ ਕਹਿੰਦਾ 56 ਦਿਨ ਚੱਲ। ਰੀਚਾਰਜ ਦਾ ਯਾਰ ਪਤਾ ਨਹੀਂ ਲੱਗਦਾ, ਦੋ ਮਹੀਨੇ ਵੀ ਉੱਦਾਂ ਹੀ ਨਿਕਲ ਜਾਂਦੇ। ਜਸੂ 56 ਦਿਨ ਚੱਲਣਾ ਵਾ। ਵੀਡੀਓ ਬਹੁਤ ਵਧੀਆ ਆਪਣੀ ਆ ਜਿਹੜੀ ਪਾਈ ਆ। ਆਹੋ ਆਹੋ, ਆ ਨਾ ਫੋਟੋ ਮਚੋੜੀ ਨਾ। ਨਹੀਂ ਨਹੀਂ ਮਚੋੜਦਾ ਨਹੀਂ, ਇਹਨੂੰ ਮੈਂ ਸਹੀ ਰੱਖੂੰਗਾ। ਹਾਂ ਨਹੀਂ, ਬਹੁਤ ਵਧੀਆ ਵੀਡੀਓ ਬਣਾਈ ਆ ਯਾਰ। ਉਹ ਆਪਣੀ ਫਿਲਮਾਂ ਹੋਰ ਵੀ ਆਪਾਂ ਲੱਭਣੀਆਂ ਵਾ। ਨਹੀਂ ਲੱਭਾਂਗੇ, ਮੈਂ ਹੁਣ ਇਸੇ ਕੰਮ ਜਾ। ਇੱਕ ਦੋ ਮੁੰਡਿਆਂ ਨੂੰ ਫੋਨ ਕੀਤੇ ਆ, ਮੈਂ ਕਿਹਾ ਲੱਭ ਕੇ ਦਿਓ ਯਾਰ ਮੈਚ। ਮੁੰਡੇ ਕਮੈਂਟ ਕਰਦੇ ਆ, ਕਹਿੰਦੇ ਮੈਚ ਦਿਖਾਓ। ਮੇਰੀ ਟੋਪੀ ਪਾਈ ਹੋਈ ਆ ਇਦਾਂ? ਨਹੀਂ ਨਹੀਂ, ਟੋਪੀ ਵਧੀਆ ਯਾਰ। ਬਾਬੇ ਠੰਡ ਪਤਾ ਕਿੰਨੀ ਆ, ਮੈਂ ਹਿਸਾਬ ਲਾਣਾ ਜਲੰਧਰ ਜਾਣਾ ਤੇ ਮੈਂ ਕਿੱਦਾਂ ਜਾਊਂਗਾ। ਮੈਂ ਸਵੇਰੇ ਤਾਂ ਹੀ ਕਰ ਪਿਆ, ਮੈਂ ਕਿਹਾ ਪਹਿਲਾਂ ਮੈਂ ਨਾਲ ਮੁੰਡੇ ਨੂੰ ਲੈਣ ਲੱਗਾ, ਮੈਂ ਕਿਹਾ ਮੈਂ ਇਕੱਲੇ ਨੇ ਚਲ ਜਾਣਾ ਮੈਂ ਠੰਡ 'ਚ। ਕੋਈ ਨੀ, ਆਪਦਾ ਕੰਮ ਆ, ਕੋਈ ਨੀ ਕਰ ਲੈਣਾ ਮੈਂ। ਮੋਟਰਸਾਈਕਲ ਦਾ ਉਹ ਵੀ ਕਰਾ ਲਾ ਯਾਰ ਚੇਂਜ ਨੰਬਰ। ਉਹ ਕਰਾ ਲੈਨੇ ਆ ਯਾਰ, ਹਨਾ ਨੰਬਰ ਸਿੰਪਲ ਹੀ ਲਿਖਾ, ਸਿੰਪਲ ਜਿਹਾ ਲਿਖਾ ਲੈਨੇ ਆ, ਕੱਲਾ ਨੰਬਰ ਲਿਖਾ ਲੈਨੇ। ਹੋਰ ਨਵੀਂ ਤਾਜੀ ਕੋਈ? ਸ਼ਸ਼ਾਂਤ ਦਾ ਕਿੱਦਾਂ? ਸ਼ਸ਼ਾਂਤ ਵਧੀਆ, ਸਕੂਲੇ ਆ। ਸਕੂਲੇ ਆ? ਹਾਂ। ਫਿਰ ਕੱਪ ਕਿੱਦਾਂ? ਫਿਰ ਕੱਪ ਲੈ, ਅਸੀਂ ਤਾਂ ਰੱਖ ਲਾ। ਹੈਂ, ਹੋਰ ਕੱਪ ਦਵਾਵਾਂਗੇ ਆਪਾਂ? ਨਹੀਂ ਨਹੀਂ, ਉਹ ਮਿਲ ਜਾਣੇ ਆਪਾਂ ਨੂੰ, ਉਹ ਮਾਣ ਸਤਿਕਾਰ ਹੁੰਦਾ ਯਾਰ। ਮਿਲ ਜਾਣੇ ਮਿਲ ਜਾਣੇ, ਬਹੁਤ ਵਧੀਆ। ਹੋਰ ਪਿੰਦੇ ਨਾਲ ਹੋਈ ਸੀ ਗੱਲ? ਆਹ ਹੋਈ ਸੀ, ਕਹਿੰਦਾ ਆ ਜਾਣਾ ਬੱਤੀਆਂ ਕਿ ਦਿਨਾਂ ਤਾਈਂ ਮੈਂ। ਅੱਛਾ, ਹੋਰ ਕੁਛ ਖਾਣਾ ਪੀਣਾ? ਨਾ ਤੂੰ ਦੱਸ ਖਾਣਾ ਪੀਣਾ? ਨਾ ਨਾ, ਮੈਂ ਤਾਂ ਬਸ ਨਾ ਬਸ ਖਾਣਾ ਪੀਣਾ। ਮੈਂ ਨਾ ਇੱਥੇ ਜਦੋਂ ਘੁੰਮਣ, ਮੈਂ ਕਿਹਾ ਮੈਨੂੰ ਸਵੇਰੇ ਫੋਨ ਆਇਆ ਸੀ, ਮੈਨੂੰ ਕਹਿੰਦਾ ਚਬੱਤੀਆ ਚੌਂਕ ਜਾਣਾ, ਫੋਟੋਆਂ ਕਢਾਉਣੀ ਆ। ਮੈਂ ਕਿਹਾ ਇੱਥੇ ਹੁਣਾ ਉਹਦਾ ਮੋਟਰਸਾਈਕਲ ਖੜਾ। ਨਹੀਂ ਫੋਟੋਆਂ ਸੋਹਣੀਆਂ ਫਿਰ ਗਈਆਂ। ਮੈਨੂੰ ਕਹਿੰਦਾ 60 ਰੁਪਏ ਇੱਕ ਫੋਟੋ ਤੇ ਲੈਣੇ ਆ, ਮੈਂ ਕਿਹਾ ਇਦਾਂ ਕਰ ਰਹਿ ਨਹੀਂ ਦੇ ਭਰਾਵਾ। ਨਹੀਂ ਨਹੀਂ, ਮੈਂ ਸ਼ੇਖੂਪੁਰ ਨਹੀਂ ਉਹ ਜਿਹੜਾ ਕਢਾਉਣ ਲੱਗਾ ਇਹ। ਅੱਛਾ, ਫਿਰ ਮੈਂ ਕਿਹਾ ਥੋੜਾ ਜਿਹਾ ਸ਼ਹਿਰ ਆ, ਚੱਲ ਜਾਂਦੇ ਆ। ਨਹੀਂ ਸ਼ਹਿਰ ਵਧੀਆ, ਮੈਂ ਦੱਸਦਾ। ਮੈਂ ਕਿਹਾ ਕਬੱਡੀ ਵਾਲਾ। ਅੱਛਾ, ਫਿਰ ਕਹਿੰਦਾ ਨਾ ਗੱਲੀ ਪੈ ਗਏ। ਅੱਛਾ, ਕਹਿੰਦੇ ਅੱਜਾ ਭਾਈ, ਕਹਿੰਦੇ ਅੱਛਾ, ਕਹਿੰਦੇ ਹੁਣ ਮੈਂ ਵਧੀਆ, ਕਹਿੰਦਾ ਕੱਲ੍ਹ ਦੇ ਕਹਿੰਦੇ ਮੈਂ ਟੱਕ ਟੁੱਕ ਸਾਰੇ ਮਟਾ ਦੇਣੇ ਆ। ਹਾਂ ਨਹੀਂ, ਮਟਾ ਦਿੱਤੇ ਇਹਨਾਂ ਨੇ। ਉਹ ਯਾਰ ਇੱਕ ਉਹ ਵੀ ਕਢਾ ਲੈਣੀ ਸੀ, ਕਿਹੜੀ? ਇੰਗਲੈਂਡ ਵਾਲੀ।
ਨਾ ਉਹ ਨਹੀਂ ਆਪਾਂ ਨੂੰ ਲੋੜ ਹੀ ਬਾਅਦ ਚ ਕਢਾ ਲਾਂਗੇ ਫੋਨ ਦੇ ਵਿੱਚ ਜਾਂ ਆਪਾਂ ਚਾਰ ਚਾਹੀਦੀਆਂ ਫੋਟੋ ਆਹੋ ਠੀਕ ਨਹੀਂ ਜੇ ਪਹਿਲਾਂ ਪਤਾ ਹੁੰਦਾ ਆਪਾਂ ਵਧੀਆ ਵਧੀਆ ਖਿਚਾ ਲੈਣੀ ਹੈ ਬੜੇ ਬੈਣੀ ਫੋਨ ਆ ਗਿਆ ਤੈਨੂੰ ਪਤਾ ਹੀ ਆਪਣਾ ਆਹੋ ਯਾਰ ਇਦਾਂ ਹੀ ਹੁੰਦੀ ਆ ਫਿਰ ਚੱਲ ਕੋਈ ਨਹੀਂ ਖੁਸ਼ੀ ਦਾ ਟਾਈਮ ਆ ਮੈਚ ਤੈਨੂੰ ਇੱਕ ਦੋ ਮੁੰਡਿਆਂ ਨੇ ਕਿਹਾ ਹੋਇਆ ਸੀ ਯਾਰ ਕਿਹਾ ਵਾ ਪਰ ਬਿਹਾਰੀਪੁਰ ਦਾ ਵੀ ਕਹਿੰਦਾ ਕਹਿੰਦਾ ਲੱਭਦਾ ਕਿਸੇ ਨੇ ਨਾ ਇੱਦਾਂ ਮਿਹਨਤ ਕਰਨੀ ਪੈਣੀ ਥੋੜ੍ਹੀ ਜਿਹੀ ਜਾ ਕੇ ਪਿੰਡ ਆਪਾਂ ਮੈਂ ਆਪੇ ਲੱਭ ਲਿਆਉਣੇ ਆ ਦੇਖੀ ਮੈਂ ਭਰਾਵਾ ਇੱਥੇ ਉਹਨੇ ਮੈਨੂੰ ਦੱਸਿਆ ਵੀ ਉਹ ਸਟੂਡੀਓ ਮੈਨੂੰ ਨਾਂ ਨਾ ਲੈਣਾ ਆਵੇ ਮੈਂ ਕਿਹਾ ਫੋਟੋ ਹੈ ਜਿੱਥੇ ਕੱਢਦੇ ਹੁੰਦੇ ਆ ਅੱਛਾ ਹੈ ਫਿਰ ਮੈਂ ਕਿਹਾ ਸਟੂਡੀਓ ਮੈਨੂੰ ਕਹਿੰਦਾ ਪੌੜੀਆਂ ਚੜ ਜਾ ਮੈਂ ਇੱਥੇ ਦੇਖੀ ਜਾਵਾਂ ਮੈਂ ਕਿਹਾ ਤੈਨੂੰ ਮੈਂ ਕਿਹਾ ਵਾ ਮੈਂ ਕਿਹਾ ਅੰਦਰ ਵੜ ਜਾ ਮੈਂ ਕਿਹਾ ਤੈਨੂੰ ਮੈਂ ਇਹ ਕਿਹਾ ਸੀ ਮੈਂ ਕਿਹਾ ਉਹ ਸਾਹਮਣੇ ਨਾ ਮੋਟਰਸਾਈਕਲ ਰਿਪੇਅਰ ਕਰਦੇ ਆ ਉਹਦੇ ਬਿਲਕੁਲ ਸਾਹਮਣੇ ਆ ਚਬੱਤੀਆ ਚੌਂਕ ਨੁੱਕਰ ਦੇ ਆ ਵਾਲੀਆ ਵੱਡੇ ਅੱਖਰਾਂ ਨਾਲ ਲਿਖਿਆ ਹਾਂ ਮੈਂ ਦੱਸਾਂ ਕੀ ਚਾਹੁੰਦਾ ਸੀ ਮੈਂ ਕਿਹਾ ਉਹ ਅੰਦਰ ਵੜਨ ਨੂੰ ਫਿਰਦਾ ਸੀ ਕਿਹੜੇ ਉਹਦਾ ਆਈਲੈਟ ਸੈਂਟਰ ਆ ਭਰਾਵਾ ਆਈਲੈਟ ਸੈਂਟਰ ਆ ਉਹ ਅੱਛਾ ਆਹੋ ਮੈਂ ਕਿਹਾ ਘਰੇ ਇੱਧਰ ਆ ਮੈਂ ਕਿਹਾ ਚੰਗੀ ਵੱਡੀ ਦੁਕਾਨ ਆ ਉਹਨਾਂ ਨੇ ਕਹਿਣਾ ਕਿ ਵੱਡੀ ਵਾਲਾ ਆਈਲੈਟਸ ਕਰਨ ਆ ਗਿਆ ਨਹੀਂ ਮੈਂ ਕਿਹਾ ਚੰਗੀ ਵੱਡੀ ਦੁਕਾਨ ਆ ਚੱਲ ਇੱਧਰ ਦੀ ਚੱਲ ਜਾਂਦਾ ਵਾਂ ਅੱਛਾ ਅੱਛਾ ਹਾਂ ਚੱਲ ਫਿਰ ਮੈਂ ਦੱਸਿਆ ਪੌੜੀਆਂ ਕਰਕੇ ਆ ਤੇ ਹੁਣ ਸਿੱਧਾ ਪਿੰਡ ਨੂੰ ਕੀ ਹੋਰ ਕੰਮ ਦੀ ਗੱਲ ਹੋਏ ਬਹੁਤ ਵੱਡੀ ਜਿੰਨੀ ਟੌਪ ਦੀ ਥਾਰ ਆ ਰਿਹਾ ਹੈ ਹਾਂ ਤੇ ਤੂੰ ਖਿਆਲ ਰੱਖਦੇ ਹੋ ਮੁੰਡੇ ਦੇ ਲੈ ਯਾਰ ਇੱਧਰ ਕਰ ਦਿੰਨੇ ਹੈ ਆਹੋ ਨਹੀਂ ਨਹੀਂ ਸਹੀ ਹੈ ਕੀ ਕਹਿੰਦੇ ਵੀਡੀਓ ਦੇਖਦੇ ਆਪਣੀਆਂ ਕਹਿੰਦੇ ਸਾਨੂੰ ਵੀ ਲੈ ਲਾ ਵੀਡੀਓ ਅੱਛਾ ਅੱਛਾ ਕੋਈ ਇਦਾਂ ਯਾਰ ਬਹੁਤ ਕਹਿੰਦੇ ਇਹ ਨਾ ਇੱਕ ਨੂੰ ਦੱਸਦਾ ਵਾਂ ਮੁੰਡਾ ਯਾਰ ਆਪਾਂ ਨੂੰ ਕਮੈਂਟ ਹੀ ਕਰਦਾ ਵਾ ਕਹਿੰਦਾ ਤੁਸੀਂ ਮੇਰਾ ਨਾਂ ਨਹੀਂ ਲੈਂਦੇ ਯਾਰ ਨਾਮ ਨਾਮ ਕੀ ਯਾਰ ਵੀਰ ਪਤਾ ਨਹੀਂ ਕੀ ਨਾਂ ਯਾਰ ਹੁਣ ਮੈਂ ਕਮੈਂਟ 'ਚ ਆ ਯਾਰ ਉਹ ਦੇਖ ਦੇਖ ਫੋਨ 'ਚ ਹੁਣ ਹੀ ਲੈਣਾ ਯਾਰ ਮੈਂ ਉਹ ਕਹਿੰਦਾ ਮੇਰਾ ਤੁਸੀਂ ਨਾਂ ਨਹੀਂ ਲੈਂਦੇ ਨਾਮ ਦੇ ਕਿਹੜਾ ਵਾ ਯਾਰ ਉਹ ਕਹਿੰਦਾ ਮੈਂ ਇੰਨਾ ਤੁਹਾਨੂੰ ਕਰਦਾ ਵਾਂ ਤੁਸੀਂ ਮੇਰਾ ਨਾਂ ਨਹੀਂ ਲੈਂਦੇ ਨਹੀਂ ਇਹ 'ਚ ਨਹੀਂ ਆੜੀ ਵੀਡੀਓ 'ਚ ਕੀਤਾ ਹੋਇਆ ਆੜੀ ਆੜੀ ਵੀਡੀਓ 'ਚ ਦੇਖ ਯਾਰ ਉਹ ਮੁੰਡੇ ਦਾ ਨਾਂ ਲੈਣਾ ਜ਼ਰੂਰੀ ਯਾਰ ਉਹ ਕਹਿੰਦਾ ਯਾਰ ਭਾਜੀ ਤੁਸੀਂ ਨਾ ਮੇਰਾ ਨਾਂ ਨਹੀਂ ਲੈਂਦੇ ਮੈਂ ਕਿਹਾ ਕੋਈ ਨਹੀਂ ਨਾਂ ਲਵਾਂਗੇ ਹੁਣ ਯਾਰ ਆਪਣੇ ਭਰਾਵਾਂ ਦਾ ਸਾਰਿਆਂ ਦਾ ਨਾਂ ਲੈ ਸਕਦੇ ਹੁਣ ਕਿਹਦਾ ਕਿਹਦਾ ਲਵਾਂ ਮੈਂ ਹੁਣ ਮੈਨੂੰ ਯਾਰ ਇੱਦਾਂ ਹੀ ਆ ਹੁਣ ਉੱਧਰੋਂ ਮਿਹਨਤ ਮੁਹਨਤ ਕਰਕੇ ਆਈਦਾ ਉੱਧਰੋਂ ਇੱਦਾਂ ਉੱਦਾਂ ਠੀਕ ਨਹੀਂ ਇਹ ਨਾਮ ਹੈਗਾ ਵਾ ਕਾਸ਼ਦੀਪ ਕੀ ਕਹਿੰਦਾ ਵਾ ਉਹਨੇ ਕਿਹਾ ਸੀ ਵੀ ਕਹਿੰਦਾ ਵੀ ਤੁਸੀਂ ਮੇਰਾ ਨਾਮ ਲੈਣਾ ਸੀ ਤੇ ਪਰ ਤੁਸੀਂ ਵੀਡੀਓ 'ਚ ਮੇਰਾ ਨਾਮ ਨਹੀਂ ਲਿਆ ਲੱਗਦਾ ਭੁੱਲ ਗਏ ਹਾਂ ਹਾਂ ਕਾਸ਼ਦੀਪ ਮੇਰੇ ਵੱਲੋਂ ਤੈਨੂੰ ਸਤਿ ਸ਼੍ਰੀ ਅਕਾਲ ਮੇਰੇ ਭਰਾ ਨੂੰ ਭਰਾ ਮੇਰਾ ਨਾਂ ਤੇਰਾ ਲੈਤਾ ਦੇਖ ਲਾ ਕਾਸ਼ਦੀਪ ਸਾਨੂੰ ਨਾ ਮੇਰਾ ਭਰਾ ਬਹੁਤ ਪਿਆਰ ਕਰਦਾ ਵਾ ਤੇ ਸਾਡੇ ਨਾਲ ਜੁੜਿਆ ਹੋਇਆ ਵਾ ਪੂਰਾ ਹਾਂ ਤੇ ਸਾਨੂੰ ਦੱਸਦਾ ਸੀ ਕਹਿੰਦਾ ਕਾਸ਼ਦੀਪ ਕਹਿੰਦਾ ਮੇਰਾ ਨਾਂ ਨਹੀਂ ਲੈਂਦੇ ਕਾਸ਼ਦੀਪ ਤੇਰਾ ਨਾਂ 3-4 ਵਾਰੀ ਲੈਤਾ ਹੁਣ ਮੈਂ ਜਲੰਧਰ ਕੋਈ ਨੀ ਕੋਈ ਨੀ ਖਿਆਲ ਨਾ ਜਾਈ ਘਰੇ ਪਹੁੰਚ ਕੇ ਫੋਨ ਕਰਦੀ ਇੱਕ ਵਾਰੀ ਮੈਂ ਪਹੁੰਚ ਜਾਣਾ ਜਲੰਧਰ ਮੈਂ ਅੱਧੇ ਘੰਟੇ 'ਚ ਪਹੁੰਚ ਜਾਣਾ ਨਹੀਂ ਕੋਈ ਨੀ ਚੱਲ ਠੀਕ ਆ ਚੰਗਾ ਓਕੇ